ਆਹਾ ਆ ਮਹਿਲਾਂ ਵਾਲੇ ਖੋਲਣ ਪਏ ਤੇ ਇਹਨਾਂ ਦੇ ਵੀ ਦੱਸਾਂ ਅੰਦਰਲੀ ਜਿਹੜਾ ਰਾਜ ਹੈ ਇਹ ਰਾਜ ਕਿੱਥੋਂ ਮਿਲਿਆ ਪਟਿਆਲਾ ਰਿਆਸਤ ਇਹ ਕਿੱਥੋਂ ਬਣੀ ਜਿਹੜਾ ਆਲਾ ਸਿੰਘ ਸੀ ਆਲਾ ਸਿੰਘ ਸਿੱਧੂ ਮਹਾਰਾਜ ਤੋਂ ਇਹਨਾਂ ਦਾ ਪੜਦਾਦਾ ਉਹ ਹਾਈਵੇ ਰੋਬਰ ਸੀ ਰਾਹਗੀਰਾਂ ਨੂੰ ਲੁੱਟ ਲੈਂਦੇ ਸੀ ਇਹ ਸ਼ੇਰਸ਼ਾਹ ਸੂਰੀ ਮਾਰਗ 'ਤੇ ਨਾ ਉਹ ਸਰਹੰਦ ਵਾਲਾ ਜਿਹੜਾ ਦਿੱਲੀ ਵਾਲਾ ਲਾਹੌਰ ਵਾਲਾ ਉੱਥੇ ਲੁੱਟਦੇ ਹੁੰਦੇ ਸੀ ਉੱਥੇ ਸਿੰਘ ਵੀ ਹੁੰਦੇ ਸੀ ਖਾਲਸੇ ਉਹ ਅਹਿਮਦ ਸ਼ਾਹ ਅਬਦਾਲੀ ਦੇ ਅਹਿਮਦ ਸ਼ਾਹ ਅਬਦਾਲੀ ਜਦੋਂ ਵੀ ਦਿੱਲੀ ਲੁੱਟ ਕੇ ਜਾਂਦਾ ਸੀ ਤਾਂ ਅਹਿਮਦ ਸ਼ਾਹ ਅਬਦਾਲੀ ਦੇ ਪਿਛਲੇ ਜਿਹੜੇ ਪਿੱਛੇ ਕਹਿ ਰਹੇ ਸੀ ਕਾਫਲੇ ਉਹਨਾਂ ਨੂੰ ਲੁੱਟ ਲੈਂਦੇ ਸੀ ਸਿੰਘ ਅਤੇ ਗਰੀਬਾਂ 'ਚ ਵੰਡ ਦਿੰਦੇ ਸੀ ਤਿੰਨ ਚਾਰ ਵਾਰੀ ਲੁੱਟਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਕਾਫਲਾ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਕਿਹਾ ਯਾਰ ਮੇਰਾ ਕਾਫਲਾ ਕੌਣ ਲੁੱਟ ਲੈਂਦਾ ਮੈਂ ਇਨਾਮ ਦਊਂਗਾ ਉਹਨੂੰ ਮੈਨੂੰ ਦੱਸ ਦੇ ਕੋਈ ਆਲਾ ਸਿੰਘ ਨੇ ਦੱਸਤਾ ਕਹਿੰਦਾ ਲੁੱਟਦੇ ਨੇ ਉਹਨੇ ਉਹ ਫੜ ਕੇ ਸ਼ਹੀਦ ਕਰਤੇ ਜੀ ਉਹਦੇ ਬਾਅਦ ਉਹ ਖੁਸ਼ ਹੋ ਗਿਆ ਕਹਿੰਦਾ ਇਸ ਵਫਾਦਾਰੀ ਪਿੱਛੇ ਦੱਸ ਕੀ ਚਾਹੀਦਾ ਉਹ ਕਹਿੰਦਾ ਜੀ ਮੇਰੀ ਸਿਹਤ ਤਾਂ ਠੀਕ ਨਹੀਂ ਮੇਰੇ ਬੇਟੇ ਨੂੰ ਪਟਿਆਲੇ ਦਾ ਰਾਜ ਦੇ ਦਿਉ ਪਟਿਆਲੇ ਦੀ ਰਿਆਸਤ ਉੱਥੋਂ ਸ਼ੁਰੂ ਹੋਈ ਹੈ ਬਾਬਿਓ ਅੰਦਰ ਜਾ ਕੇ ਪਤਾ ਕਰ ਲਿਓ ਮੋਤੀ ਮਹਿਲ 'ਚ ਅਹਿਮਦ ਸ਼ਾਹ ਅਬਦਾਲੀ ਦਾ ਝੰਡਾ ਹੈ ਜਿਹਨੇ ਸਭ ਤੋਂ ਵੱਧ ਨੁਕਸਾਨ ਕੀਤਾ ਜਿਹਦੇ ਵਾਸਤੇ ਕਹਿੰਦੇ ਹੁੰਦੇ ਸੀ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹੇ ਦਾ ਲੁੱਟ ਕੇ ਵੀ ਜੋ ਖਾ ਪੀ ਲਿਆ ਉਹੀ ਆਪਣਾ ਬਾਕੀ ਲੁੱਟ ਕੇ ਲੈ ਜਾਊਗਾ ਅੱਜ ਵੀ ਉੱਥੇ ਝੰਡਾ ਲੱਗਿਆ ਹੋਇਆ ਅੰਦਰ ਮੋਤੀ ਮਹਿਲ 'ਚ ਇਹਨਾਂ ਤੋਂ ਉਮੀਦ ਕਰਦੇ ਹੋ ਮੈਨੂੰ ਪੁੱਛਣ ਲੱਗ ਗਏ ਪੱਤਰਕਾਰ ਕਹਿੰਦੇ ਸੀ ਨਾਮ ਲਵਾਂਗੇ ਉਸ ਨਾਮ ਬਾਰੇ ਤੁਸੀਂ ਕੁਛ ਵੀ ਬੋਲ ਸਕਦੇ ਹੋ ਵੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਹਿੰਦੇ ਸੁਖਬੀਰ ਬਾਦਲ ਮੈਂ ਕਹਿੰਦਾ ਪਹਾੜਾਂ ਵਾਲੇ ਸਕੂਲਾਂ 'ਚ ਪੜ੍ਹਿਆ ਹੋਇਆ ਪੰਜਾਬੀ ਪੜ੍ਹਨੀ ਆਉਂਦੀ ਨਹੀਂ ਪੰਜਾਬ ਦਾ ਵਾਰਸ ਬਣਨ ਨੂੰ ਫਿਰਦਾ ਕਹਿੰਦੇ ਜੀ ਕੈਪਟਨ ਅਮਰਿੰਦਰ ਮੈਂ ਕਿਹਾ ਮੁਗਲਾਂ ਵੇਲੇ ਮੁਗਲਾਂ ਨਾਲ ਸੀ ਅੰਗਰੇਜ਼ਾਂ ਵੇਲੇ ਅੰਗਰੇਜ਼ਾਂ ਨਾਲ ਸੀ ਕਾਂਗਰਸ ਵੇਲੇ ਕਾਂਗਰਸ ਨਾਲ ਸੀ ਅਕਾਲੀਆਂ ਵੇਲੇ ਅਕਾਲੀਆਂ ਨਾਲ ਸੀ ਅੱਜ ਕੱਲ੍ਹ ਬੀਜੇਪੀ ਨਾਲ ਨੇ ਕਿਉਂਕਿ ਬੀਜੇਪੀ ਹੈ ਕਹਿੰਦੇ ਨਰਿੰਦਰ ਮੋਦੀ ਮੈਂ ਕਿਸੇ ਵੀ ਗੱਲ ਨਾਲ ਫਿੱਟ ਕਰਕੇ ਕਿਤੇ ਵੀ ਸੁਣਾ ਸਕਦਾ ਔਰ ਨਾਲ ਗਰੰਟੀ ਦਿੰਦਾ ਵੀ ਇਹ ਠੀਕ ਹੈ ਗੱਲ ਇਹ ਕਹਿੰਦੇ ਕਿਵੇਂ ਮੈਂ ਕਿਹਾ ਜਦੋਂ ਚੰਦਰਯਾਨ ਲਾਂਚ ਕਰਨ ਗਿਆ ਉੱਥੇ ਜਾ ਕੇ ਭਾਸ਼ਣ ਦੇਣ ਲੱਗ ਗਿਆ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਯਾਰ ਇਸਰੋ ਇਹ ਤਾਂ ਅੱਠਵੀਂ ਦਾ ਸਰਟੀਫਿਕੇਟ ਨਹੀਂ ਲੱਭਦਾ ਇਸਰੋ ਕਿੱਥੋਂ ਆ ਗਈ ਇੱਧਰ ਕਹਿੰਦਾ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਕਿਹਾ ਵੀ ਕਿਵੇਂ ਕਰੂਗਾ ਨਾਤਾ ਕਿਵੇਂ ਜੋੜੂਗਾ ਕਹਿੰਦਾ ਜਦੋਂ ਮੈਂ ਦੂਜੀ ਤੀਜੀ ਕਲਾਸ 'ਚ ਪੜ੍ਹਦਾ ਹੁੰਦਾ ਸੀ ਪੜ੍ਹਾਈ ਵਾਲੇ ਪਾਸੇ ਮੈਨੂੰ ਲੈ ਕੇ ਹੁੰਦਾ ਸੀ ਇਸ ਕਰਕੇ ਹਰੇਕ ਟੀਚਰ ਮੈਨੂੰ ਆ ਕੇ ਕਹਿੰਦਾ ਸੀ ਅਬ ਤੂੰ ਇਸਰੋ ਮੇ ਬੈਠ ਅਬ ਇਸਰੋ ਮੇ ਅਬ ਇਸਰੋ ਮੇ ਅਬ ਇਸਰੋ ਕਹਿੰਦਾ ਇਸਰੋ ਸੇ ਹਮਾਰਾ ਪੁਰਾਣਾ ਨਾਤਾ ਜੀ ਫਿਰ ਕਹਿੰਦੇ ਕੇਜਰੀਵਾਲ ਮੈਂ ਕਿਹਾ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਇਸ ਕਦਰ ਵਾਕਿਫ ਹੋ ਗਈ ਹੈ ਮੇਰੀ ਕਲਮ ਮੇਰੇ ਕਿਰਦਾਰ ਸੇ ਕਿ ਇਸ਼ਕ ਵੀ ਲਿਖਣਾ ਚਾਹਤਾ ਹੂੰ ਤੋ ਇਨਕਲਾਬ ਲਿਖਾ ਜਾਤਾ ਹੈ ਕਹਿੰਦੇ ਭਗਵੰਤ ਮਾਨ ਮੇਰਾ ਨਾਂ ਲੈਤਾ ਹੁਣ ਮੈਂ ਆਪਦੀ ਤਾਰੀਫ ਕਿਵੇਂ ਕਰਾਂ ਬਈ ਪਰ ਮੈਂ ਤਾਂ ਤਾਰੀਫ ਕਰਦੀ ਹੀ ਨਹੀਂ ਮੈਂ ਕਿਹਾ ਵੀ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਬੱਲੇ ਤਾਂ ਬੱਲੇ 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 ਸੋ ਵੀਰੋ ਸਾਰਾ ਤੁਹਾਡੀ ਰਹਿਮਤ ਹੈ ਲੋਕਾਂ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਲੀਡਰੋ ਮੈਂ ਬਹੁਤ ਲੀਡਰਾਂ ਨੂੰ ਕਹਿੰਦਾ ਲੋਕਾਂ ਤੋਂ ਵੱਡੇ ਬਣਨ ਦੀ ਕੋਸ਼ਿਸ਼ ਨਾ ਕਰੋ ਜਿੱਦਾਂ ਤੁਹਾਨੂੰ ਤੁਸੀਂ ਵਹਿਮ ਪਾਲ ਲਿਆ ਕਿ ਮੈਂ ਲੋਕਾਂ ਤੋਂ ਵੱਡਾ ਲੋਕ ਥੱਲੇ ਲਾ ਕੇ ਮਾਰਦੇ ਆ ਲੋਕ ਜਦੋਂ ਚਾਹੁਣ ਬੰਦਾ ਅਰਸ਼ 'ਤੇ
ਲੋਕ ਜਦੋਂ ਚੋਣ ਬੰਦਾ ਫਰਸ਼ 'ਤੇ ਬੜੇ ਬੜੇ ਲਾ ਲਏ ਜੀ ਲੋਕਾਂ ਨੇ। ਸੋ ਇਸ ਕਰਕੇ ਤੁਹਾਡੇ ਕੋਲ ਆਇਆ, ਤੁਹਾਡਾ ਆਪਣਾ ਪੋਤਾ ਪੈਸੇ ਕਮਾਉਣ ਵਾਲੇ ਕੰਮ ਤਾਂ ਮੈਂ ਛੱਡੀ ਫਿਰਦਾ ਜੀ, ਮੈਂ ਵੀ ਕਰੋੜਾਂ ਰੁਪਏ ਫਿਲਮਾਂ 'ਚੋਂ ਕਮਾ ਲੈਂਦਾ ਜੀ, ਮੈਂ ਵੀ ਲਾਫਟਰ ਚੈਲੇਂਜ ਹਿੰਦੀ ਫਿਲਮਾਂ 'ਚ ਚਲੇ ਗਏ ਸੀਗੇ, ਮੈਨੂੰ ਕੀ ਲੋੜ ਸੀਗੀ ਇੱਥੇ ਇਹਨਾਂ ਨਾਲ ਪੰਗਾ ਲੈਣ ਦੀ। ਪਰ ਮੇਰੇ ਦਿਲ 'ਚ ਇਹ ਆਇਆ, ਭਗਵੰਤ ਮਾਨਾ ਹਾਸੇ ਵੀ ਉਦੋਂ ਚੰਗੇ ਲੱਗਦੇ ਨੇ ਜੋ ਚੁੱਲ੍ਹਿਆਂ 'ਚ ਅੱਗ ਮੱਚਦੀ ਹੋਵੇ। ਤੇਰੇ ਸਾਹਮਣੇ ਪੰਜਾਬ ਮਰੀ ਜਾਂਦਾ, ਤੇਰੇ ਸਾਹਮਣੇ ਪੰਜਾਬ ਦਾ ਬੇੜਾ ਗਰਕ ਹੋਈ ਜਾਂਦਾ, ਤੇਰੇ ਸਾਹਮਣੇ ਪੰਜਾਬ ਨੂੰ ਲੁੱਟੀ ਜਾਂਦੇ ਆ ਯਾਰ ਲੀਡਰ, ਤੂੰ ਕੀ ਕਰਦਾ, ਤੂੰ ਕੈਸਟਾਂ ਸੀਡੀਆਂ ਕੱਢ ਕੇ ਚਲੇ ਜਾਏਗਾ ਦੁਨੀਆ ਤੋਂ? ਐਂ ਨਾ ਕਰ ਯਾਰ, ਕੁਝ ਹਿੱਸਾ ਪਾ ਸਮਾਜ 'ਚ, ਥੋੜ੍ਹਾ ਜਿਹਾ ਹਿੱਸਾ ਪਾ, ਵਿੱਚ ਵੜ, ਵਿੱਚ ਵੜ। ਜੇ ਸੀਵਰੇਜ ਸਾਫ਼ ਕਰਨਾ ਹੋਵੇ ਸੀਵਰੇਜ ਵਿੱਚ ਵੜਨਾ ਪੈਂਦਾ ਸੀਵਰੇਜ ਸਾਫ਼ ਕਰਨ ਵਾਸਤੇ। ਜੇ ਨਰਮੇ ਨੂੰ ਕਣਕ ਨੂੰ ਝੋਨੇ ਨੂੰ ਸੁੰਡੀ ਲੱਗ ਜੇ, ਬਾਹਰੋਂ ਰੋੜੇ ਮਾਰ ਕੇ ਜਾਂ ਰੌਲਾ ਪਾ ਕੇ ਸੁੰਡੀ ਨਹੀਂ ਹਟਦੀ, ਵਿੱਚ ਵੜਨਾ ਪੈਂਦਾ ਢੋਲੀ ਲੈ ਕੇ ਸਪਰੇਅ ਦੀ। ਫਿਰ ਮੈਂ ਆ ਗਿਆ, ਉਹ ਇੱਕ ਚਿੜੀ ਸੀ, ਜੰਗਲ 'ਚ ਅੱਗ ਲੱਗ ਗਈ, ਸਾਰੇ ਜਾਨਵਰ ਭੱਜਣ ਲੱਗ ਗਏ, ਭਗਦੜ ਮੱਚ ਗਈ, ਇਕੱਲੀ ਇੱਕ ਚਿੜੀ ਸੀ, ਉਹ ਜਾਂਦੀ ਟੋਬੇ 'ਚ ਛੱਪੜ 'ਚ ਆਪਣੀ ਚੁੰਝ 'ਚ ਪਾਣੀ ਭਰ ਕੇ ਅੱਗ 'ਤੇ ਪਾ ਦਿੰਦੀ ਸੀ, ਫਿਰ ਗਈ ਚੁੰਝ ਭਰੀ, ਫਿਰ ਪਾਤਾ, 15-20 ਵਾਰੀ ਚੁੰਝ ਭਰ ਕੇ ਪਾਣੀ ਪਾਇਆ, ਤਾਂ ਬਾਕੀ ਜਾਨਵਰ ਹੱਸਣ ਲੱਗ ਗਏ, ਮਜ਼ਾਕ ਕਰਨ ਲੱਗ ਗਏ ਚਿੜੀ ਨੂੰ, ਕਹਿੰਦੇ ਚਿੜੀਏ ਗਲਤ ਫਹਿਮੀ 'ਚ ਹੈ, ਇਹ ਜੰਗਲ ਦੀ ਅੱਗ ਹੈ, ਇਹ ਤੇਰੀ ਚੁੰਝ ਦੇ ਪਾਣੀ ਨਾਲ ਨਹੀਂ ਬੁਝਣੀ। ਚਿੜੀ ਕਹਿੰਦੀ ਮੈਨੂੰ ਪਤਾ ਕਿ ਮੇਰੀ ਚੁੰਝ ਦੇ ਪਾਣੀ ਨਾਲ ਅੱਗ ਨਹੀਂ ਬੁਝਣੀ, ਪਰ ਜਦੋਂ ਜੰਗਲ ਦੀ ਹਿਸਟਰੀ ਲਿਖੀ ਜਾਊ ਤਾਂ ਉਦੋਂ ਤੁਹਾਡਾ ਨਾਂ ਤਮਾਸ਼ਾ ਦੇਖਣ ਵਾਲਿਆਂ 'ਚ ਜਾਂ ਡਰ ਕੇ ਭੱਜਣ ਵਾਲਿਆਂ 'ਚ ਲਿਖਿਆ ਜਾਊ, ਮੇਰਾ ਇਕੱਲੀ ਦਾ ਨਾਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ 'ਚ ਲਿਖਿਆ ਜਾਊ। ਸੋ ਮੈਂ ਇਹ ਸੋਚ ਕੇ ਆ ਗਿਆ, ਕੋਈ ਨਹੀਂ, ਮੈਂ ਕਿਹਾ ਜਿੱਤਾਂ ਹਾਰਾਂ ਬਾਅਦ ਦੀ ਗੱਲ ਹੈ, ਘੱਟੋ ਘੱਟ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲੇ ਦਾ ਨਾਂ ਲਿਖੀਏ ਕਿ ਮੇਰਾ ਨਾਂ ਤਾਂ ਆਵੇ। ਤੁਸੀਂ ਐਡਾ ਵੱਡਾ ਮਾਣ ਸਤਿਕਾਰ ਦੇਤਾ, ਐਡੇ ਵੱਡੇ ਅਹੁਦੇ ਦੇਤੇ, ਤਾਂ ਵੀਰੋ ਤੁਹਾਡੇ ਵਾਸਤੇ ਹਾਂ ਬਸ, ਹੁਣ ਤੁਹਾਡੇ ਲੇਖੇ ਲਾਤੀ ਜ਼ਿੰਦਗੀ, ਕੋਈ ਕਿਸੇ ਕਿਸਮ ਦਾ ਲਾਲਚ ਨਹੀਂ, ਕੋਈ ਮੈਂ ਕਿਸੇ ਖੱਡਾਂ 'ਚ ਹਿੱਸਾ ਨਹੀਂ ਪਾਉਣਾ, ਕੋਈ ਮੈਂ ਕਿਸੇ ਬੱਸਾਂ 'ਚ ਹਿੱਸਾ ਨਹੀਂ ਪਾਉਣਾ, ਕੋਈ ਮੈਂ ਢਾਬਿਆਂ 'ਚ ਹਿੱਸਾ ਨਹੀਂ ਪਾਉਣਾ, ਹਿੱਸਾ ਜ਼ਰੂਰ ਪਾਉਣਾ, ਪਰ 3.5 ਕਰੋੜ ਲੋਕ ਪੰਜਾਬੀ ਲੋਕਾਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ, ਸਾਰੇ ਸਮਾਜ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਣਾ, ਨਾ ਹੀ ਮੈਂ ਕਿਸੇ ਸਮਾਜ ਨੂੰ ਕੋਈ ਐਂ ਕਹਿੰਦਾ ਵੀ ਆਹ ਮੇਰਾ ਸਮਾਜ ਆ, ਉਹਦਾ ਸਮਾਜ ਹੈ, 3.5 ਕਰੋੜ ਮੇਰਾ ਹੀ ਹੈ, 3.5 ਕਰੋੜ, ਇਹ ਛੋਟੀ ਗੱਲ ਨਹੀਂ ਹੁੰਦੀ, 3.5 ਕਰੋੜ ਲੋਕਾਂ ਦਾ ਲਾਣੇਦਾਰ ਬਣਾਤਾ ਤੁਸੀਂ ਮੈਨੂੰ, ਉਦੋਂ ਫਿਰ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ, ਜਦੋਂ ਜ਼ਿੰਮੇਵਾਰੀਆਂ ਵੱਧ ਜਾਣ ਫਿਰ ਬਹੁਤ ਸੰਭਲ ਸੰਭਲ ਕੇ ਚੱਲਣਾ ਪੈਂਦਾ। ਰਲ ਮਿਲ ਸਈਆਂ ਪਾਣੀ ਨੂੰ ਗਈਆਂ, ਰਲ ਮਿਲ ਸਈਆਂ ਪਾਣੀ ਨੂੰ ਗਈਆਂ, ਕੋਈ ਕੋਈ ਮੁੜਪੀ ਭਰ ਕੇ, ਜਿੰਨਾ ਭਰ ਕੇ ਸਿਰ 'ਤੇ ਧਰਿਆ ਉਹ ਪੈਰ ਧਰਨ ਡਰ ਡਰ ਕੇ। ਮਤਲਬ ਪਰਮਾਤਮਾ ਜ਼ਿੰਮੇਵਾਰੀ ਵਾਲਾ ਘੜਾ ਹਰੇਕ ਦਾ ਨਹੀਂ ਭਰਦਾ, ਕੋਈ ਕੋਈ ਮੁੜਪੀ ਭਰ ਕੇ ਕਿਸੇ ਕਿਸੇ ਦੇ ਸਿਰ ਜ਼ਿੰਮੇਵਾਰੀ ਵਾਲਾ ਘੜਾ ਧਰਦਾ ਪਰਮਾਤਮਾ, ਅਤੇ ਜਿਹਦੇ ਸਿਰ 'ਤੇ ਧਰ ਦਿੰਦਾ ਉਹਨੂੰ ਫਿਰ ਪੈਰ ਬੋਝ ਬੋਝ ਕੇ ਧਰਨੇ ਪੈਂਦੇ ਨੇ। ਸੋ ਤੁਸੀਂ ਮੇਰੀ ਜ਼ਿੰਮੇਵਾਰੀ ਵਾਲਾ ਘੜਾ ਦਿੱਤਾ ਹੋਇਆ, ਬਿਲਕੁਲ ਫਿਕਰ ਨਾ ਕਰਿਓ, ਖਜ਼ਾਨੇ ਦਾ ਫਿਕਰ ਨਾ ਕਰਿਓ, ਖਜ਼ਾਨਾ ਵੀ ਭਰੂੰਗਾ ਔਰ ਖਜ਼ਾਨੇ ਦਾ ਮੂੰਹ ਲੋਕਾਂ ਵੱਲ ਵੀ ਕਰੂੰਗਾ। ਕਦੇ ਨਹੀਂ ਕਿਹਾ 2.25 ਸਾਲ 'ਚ ਕਿਸ ਖਜ਼ਾਨਾ ਖਾਲੀ ਹੈ। ਆਮ ਆਦਮੀ ਕਲੀਨਿਕ ਖੋਲ੍ਹਤੇ 829, 1.5 ਕਰੋੜ ਬੰਦਾ ਉੱਥੋਂ ਦਵਾਈ ਲੈ ਗਿਆ। ਕੌਣ ਹੈ 1.5 ਕਰੋੜ? ਗਰੀਬ ਦਲਿਤ ਪਰਿਵਾਰ ਜਿਹੜੇ ਸਰਕਾਰੀ ਹਸਪਤਾਲਾਂ 'ਚ ਜਾਂਦੇ ਆ, ਬਸ ਉੱਥੇ ਲੈਣਾਂ 'ਚ ਲੱਗਣ ਦੀ ਲੋੜ ਨਹੀਂ ਪੈਂਦੀ, ਹੁਣ ਨਾਲ ਹੀ ਘਰ ਦੇ ਖੱਬੇ ਪਾਸੇ ਸੱਜੇ ਪਾਸੇ ਕਲੀਨਿਕ ਖੁੱਲ੍ਹ ਗਿਆ, ਸਾਰੀਆਂ ਦਵਾਈਆਂ ਫ੍ਰੀ, ਸਾਰੇ ਟੈਸਟ ਫ੍ਰੀ। ਡਾਕਟਰ ਸਾਹਿਬ ਸਿਹਤ ਮੰਤਰੀ ਨੇ, ਮੈਂ ਇਹਨਾਂ ਨੂੰ ਬੁਲਾ ਕੇ ਕਿਹਾ, ਪੰਜਾਬ ਦਾ ਤਹਿਸੀਲ ਲੈਵਲ ਦਾ ਵੀ ਜ਼ਿਲ੍ਹੇ ਲੈਵਲ ਦਾ ਸਾਰੇ ਕੋਈ ਹਸਪਤਾਲ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਜਿਹਦੇ 'ਚ ਐਕਸਰੇ ਮਸ਼ੀਨ ਨਾ ਹੋਵੇ, ਜਿਹਦੇ 'ਚ ਕੋਈ ਸਾਰੀਆਂ ਜਿਹੜੀਆਂ
ਟੈਸਟ ਕਰਨ ਵਾਲੀਆਂ ਮਸ਼ੀਨਾਂ ਨਾ ਹੋਣ। ਔਰ ਇੱਕ ਹੋਰ ਗੱਲ, SMO ਤੇ CMO ਨੂੰ ਅਕਾਊਂਟੇਬਲ ਬਣਾਤਾ ਕਿ ਤੁਸੀਂ ਜ਼ਿੰਮੇਵਾਰ ਹੋਵੋਗੇ, ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਨਹੀਂ ਲਿਖੀ ਜਾਊਗੀ ਕਿ ਤੂੰ ਹਸਪਤਾਲ ਦੇ ਬਾਹਰੋਂ ਲੈ ਕੇ ਆ। ਜੇ ਦਵਾਈ ਹੈ ਨਹੀਂ ਤਾਂ ਡਾਕਟਰ ਆਪ ਲੈ ਕੇ ਆਊਗਾ ਬਾਹਰੋਂ, ਅਤੇ ਅਸੀਂ ਅਗਲੇ ਦਿਨ ਉਹਨੂੰ ਪੂਰੀ ਕਰ ਦਾਂਗੇ ਕਿਹੜੀ ਦਵਾਈ ਉਹਦੇ ਕੋਲ ਹੈ ਨਹੀਂ। ਪਰ ਮਰੀਜ਼ ਨੂੰ ਬਾਹਰ ਨਹੀਂ ਭੇਜਣਾ ਸੀ, ਮਰੀਜ਼ ਨੂੰ ਬਾਹਰ ਜਦੋਂ ਜਾਊਗਾ ਉਹਦੇ ਨਾਲ ਉਦੋਂ ਕਈ ਗੁਣਾ ਮਹਿੰਗਾ ਦਵਾਈ ਆਉਂਦੀ। ਗਰੀਬ ਜਾਂਦੇ ਆ ਸਕੂਲਾਂ 'ਚ, ਕੌਣ ਜਾਂਦਾ ਸਰਕਾਰੀ 'ਚ? ਗਰੀਬ ਜਾਂਦੇ ਆ। ਸੋ ਗਰੀਬਾਂ ਦੇ ਜਵਾਕ, ਮੈਂ ਕਹਿੰਦਾ ਹੁੰਦਾ ਕੋਈ ਸਰਕਾਰ ਗਰੀਬੀ ਨਹੀਂ ਚੱਕ ਸਕਦੀ। ਗਰੀਬੀ ਦੂਰ ਬਿਲਕੁਲ ਹੋ ਸਕਦੀ ਹੈ ਜੇ ਗਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਦਿਉਂਗੇ, ਕੁਆਲਿਟੀ ਐਜੂਕੇਸ਼ਨ ਦੇ ਦਿਉ, ਉਹ JEE ਕਲੀਅਰ ਕਰਨ, JEE ETT ਕਲੀਅਰ ਕਰਕੇ ਉਹ ਟੈਟ ਕਲੀਅਰ ਕਰ ਲੈਣ, ਉਹ IAS ਦੇ ਪੇਪਰ ਦੇ ਦੇਣ, DC ਬਣਨ, SSP ਬਣਨ, ਉਹ ਗਰੀਬੀ ਚੱਕ ਸਕਦੇ ਆ, ਹੋਰ ਕੋਈ ਨਹੀਂ ਚੱਕ ਸਕਦਾ। ਸੋ ਤੁਹਾਡੇ ਨਾਲ ਸਕੂਲ ਹਸਪਤਾਲ ਬਣਨ ਲੱਗ ਗਏ, ਨੌਕਰੀਆਂ ਮਿਲਣ ਲੱਗ ਗਈਆਂ, ਪਾਣੀ ਨਹਿਰਾਂ ਦਾ ਆਉਂਦਾ, ਕੱਸੀ ਦਾ ਪਾਣੀ ਆਉਂਦਾ ਨਹਿਰਾਂ ਦਾ ਪਾਣੀ ਹੁਣ ਉਹ ਕੱਸੀਆਂ ਜਿਹੜੀਆਂ ਰੁਲ ਗਈਆਂ ਸੀ ਅਸੀਂ ਲੱਭ ਲੱਭ ਕੇ ਪੱਕੀਆਂ ਕੀਤੀਆਂ, ਅਤੇ ਅੱਜ ਨਹਿਰਾਂ ਦਾ ਪਾਣੀ, ਜਿਹੜਾ ਨਹਿਰਾਂ ਦਾ ਪਾਣੀ ਹੈ ਉਹ ਕੱਸੀਆਂ ਜਿਹੜੀਆਂ ਨੇ, ਪਹਿਲਾਂ 21% ਨਹਿਰਾਂ ਦਾ ਪਾਣੀ ਲੱਗਦਾ ਸੀਗਾ ਜਦੋਂ ਮੈਂ ਸਹੁੰ ਚੁੱਕੀ ਸੀ, ਅੱਜ 69% 'ਤੇ ਹੋ ਗਿਆ ਜੀ, ਅਤੇ ਨਾਲੇ 70% ਹੋ ਜਾਣਾ ਇਹਨੇ ਅਕਤੂਬਰ ਤੱਕ। ਜਦੋਂ ਅਕਤੂਬਰ ਤੱਕ 70% ਪਾਣੀ ਹੋ ਗਿਆ ਨਾ ਨਹਿਰਾਂ ਦਾ ਪਾਣੀ, 14.5 ਲੱਖ 'ਚੋਂ 6 ਲੱਖ ਟਿਊਬਵੈੱਲ ਬੰਦ ਹੋ ਜਾਣਗੇ ਪੰਜਾਬ 'ਚ। ਮੇਰੇ ਤਾਂ ਉਂਗਲਾਂ 'ਤੇ ਰੱਟਿਆ ਪਿਆ, 6 ਲੱਖ ਟਿਊਬਵੈੱਲ ਬੰਦ ਹੋ ਗਏ ਤਾਂ ਮੈਂ 18,000 ਕਰੋੜ ਦੀ ਸਬਸਿਡੀ ਦਿੰਦਾ ਬਿਜਲੀ ਬੋਰਡ ਨੂੰ, ਮੁਫਤ ਬਿਜਲੀ ਦੀ। 6 ਲੱਖ ਟਿਊਬਵੈੱਲ ਬੰਦ ਹੋ ਗਏ, ਘੱਟੋ ਘੱਟ 5 ਤੋਂ 6 ਹਜ਼ਾਰ ਕਰੋੜ ਰੁਪਈਆ ਬਚ ਜੂਗਾ, ਅਤੇ 5 ਤੋਂ 6 ਹਜ਼ਾਰ ਕਰੋੜ ਰੁਪਈਆ ਬਚੂਗਾ ਅਕਤੂਬਰ 'ਚ। ਤਾਂ ਵੀਰੋ ਮੈਂ ਜਮ੍ਹਾਂ ਤੁਹਾਨੂੰ ਹਿਸਾਬ ਲਾ ਕੇ ਦੱਸ ਦਿੰਦਾ, 5 ਤੋਂ 6 ਹਜ਼ਾਰ ਕਰੋੜ ਬਚੂਗਾ। ਸਿਰਫ 5,200 ਤੋਂ 5,500 ਕਰੋੜ ਦੀ ਖਰਚਾ ਹੈ ਜਿਹੜੀ ਮੈਂ ਸਭ ਤੋਂ ਵੱਡੀ ਗਰੰਟੀ ਪੂਰੀ ਕਰੂੰਗਾ, ਮਾਵਾਂ ਭੈਣਾਂ ਨੂੰ 1,000 ਰੁਪਏ ਮਹੀਨੇ ਵਾਲੀ ਉਹਦੇ 'ਚ ਕਰੂੰਗਾ। ਜੇ ਮੈਂ ਉਹੀ ਕਹਿਣਾ ਹੁੰਦਾ ਵੋਟਾਂ ਵੇਲੇ, ਉਹ 2 ਮਹੀਨੇ ਸ਼ੁਰੂ ਕਰ ਲੈਂਦੇ ਆਪਾਂ, 2 ਮਹੀਨੇ ਮਾਵਾਂ ਭੈਣਾਂ ਦੇ ਖਾਤਿਆਂ 1,000 ਰੁਪਏ ਪਾ ਦਿਉ, ਵੋਟਾਂ ਤੋਂ ਬਾਅਦ ਬੰਦ ਕਰ ਦਿਉ ਨਾ, ਮੈਂ ਉਹ ਸਕੀਮ ਸ਼ੁਰੂ ਹੀ ਨਹੀਂ ਕਰਦਾ ਜਿਹੜੀ ਰਾਹ 'ਚ ਬੰਦ ਕਰਨੀ ਪੈ ਜੇ। ਜਦੋਂ ਮੇਰੇ ਕੋਲ ਪੈਸਾ ਆ ਗਿਆ, ਕਲੀਅਰ ਆ ਗਿਆ, ਮੈਂ ਵੀ ਕਮਰਸ ਕੀਤੀ ਹੋਈ ਹੈ, ਮੈਂ ਵੀ BCOM ਦਾ ਸਟੂਡੈਂਟ ਹਾਂ, ਮੈਨੂੰ ਪਤਾ ਹੈ ਕਿ ਜਦੋਂ ਕੋਈ ਸਕੀਮ ਸ਼ੁਰੂ ਕਰਨੀ ਹੈ ਉਹਦੇ ਵਾਸਤੇ ਬਜਟ ਪ੍ਰੋਪਰ ਹੋਣਾ ਚਾਹੀਦਾ। ਜਿਵੇਂ ਬਿਜਲੀ ਦੇ ਬਿੱਲ ਨੇ ਹੁਣ ਤੱਕ 0 ਆਉਂਦੇ ਆ ਨਾ, ਐਂ ਆਉਂਦੇ ਰਹਿਣਗੇ, ਇਸੇ ਤਰ੍ਹਾਂ ਜਦੋਂ 1,000 ਰੁਪਏ ਇੱਕ ਵਾਰੀ ਮਾਵਾਂ ਭੈਣਾਂ ਦਾ ਸ਼ੁਰੂ ਹੋ ਗਿਆ, ਬੰਦ ਨਹੀਂ ਹੋਣੀ ਸਕੀਮ ਮੁੜ ਕੇ, ਐਂ ਚੱਲੂਗੀ ਫਿਰ ਉਹਦਾ ਬਜਟ ਅਲੱਗ ਹੋਊਗਾ ਫਿਰ। ਹਾਲਾਂਕਿ ਮੈਂ 5 ਸਾਲਾਂ 'ਚ ਵਾਅਦਾ ਪੂਰਾ ਕਰਨਾ, ਪਰ ਮੈਂ ਪਹਿਲਾਂ ਹੀ ਕਰ ਦੂੰਗਾ। ਜਦੋਂ ਭ੍ਰਿਸ਼ਟਾਚਾਰ ਖਤਮ ਕਰਤਾ, ਆਪਾਂ ਭਰਨ ਲੱਗ ਗਏ ਖਜ਼ਾਨਾ, ਅਤੇ ਆਪਾਂ ਨੂੰ ਕੀ ਮਾੜਾ? ਐਕਸਾਈਜ਼ ਦੇ ਵਿੱਚ ਆਪਾਂ ਅੱਪ ਹੋ ਗਏ, ਮਾਈਨਿੰਗ 'ਚ ਆਪਾਂ ਅੱਪ ਹੋ ਗਏ, GST 'ਚ ਆਪਾਂ ਅੱਪ ਹੋ ਗਏ, ਹੋਰ ਤਾਂ ਹੋਰ ਦੇਖੋ, ਪਿੰਡਾਂ 'ਚ ਬਿਜਲੀ ਆਉਂਦੀ ਹੈ, ਖੇਤਾਂ 'ਚ ਬਿਜਲੀ ਆਉਂਦੀ ਹੈ, ਖੇਤਾਂ ਵਾਲੀ ਦਿਨੇ ਵੀ ਆਉਂਦੀ ਹੈ, ਰਾਤ ਨੂੰ ਅਸੀਂ ਬਿਜਲੀ ਵੇਚਦੇ ਹਾਂ ਮੁੰਬਈ ਨੂੰ, ਪੂਨੇ ਨੂੰ, ਬੈਂਗਲੌਰ ਨੂੰ, ਹੈਦਰਾਬਾਦ ਨੂੰ। ਵੀਰੋ ਕੱਲ੍ਹ ਤੱਕ 293 ਕਰੋੜ ਰੁਪਏ ਦੀ 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕੇ ਹਾਂ 1 ਮਾਰਚ ਤੋਂ ਲੈ ਕੇ। ਨਾਲੇ ਬਿਜਲੀ ਬੋਰਡ ਨਹੀਂ ਘਾਟੇ 'ਚ ਹੈਗਾ, ਨਾਲੇ ਥਰਮਲ ਪਲਾਂਟ ਖਰੀਦੀ ਜਾਂਦੇ ਹਾਂ, ਥਰਮਲ ਪਲਾਂਟ ਆਪਣਾ ਹੋ ਗਿਆ, ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ, ਕਿਉਂਕਿ ਥਰਮਲ ਪਲਾਂਟ ਹੀ ਆਪਣਾ ਹੋ ਗਿਆ। ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ, ਇੰਡਸਟਰੀ ਦੀ ਬਿਜਲੀ ਕਰੂੰਗਾ ਘਟਾਊਂਗਾ, ਤਾਂ ਦੇਖੋ ਤੁਸੀਂ ਇੰਡਸਟਰੀ ਇੱਥੇ ਆਉਂਦੀ। ਟਾਟਾ ਸਟੀਲ ਆ ਗਿਆ, ਗਰਾਸਿਮ ਪੇਂਟ ਆ ਗਿਆ, ਆਹ ਤੁਹਾਡੇ ਇਲਾਕੇ 'ਚ ਨਾ ਹਿੰਦੁਸਤਾਨ ਲੀਵਰ ਹੈ,
ਕਿਸਾਨ ਕੈਚਅਪ ਬਣਦੀ ਹੈ, ਕਿਸਾਨ ਕੈਚਅਪ। 10,000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ। ਹੁਣ ਕਿੰਨਾ ਲੈਂਦੇ ਪੰਜਾਬ 'ਚੋਂ? 500 ਮੀਟ੍ਰਿਕ ਟਨ। 9,500 ਮੀਟ੍ਰਿਕ ਟਨ ਨਾਸਿਕ ਤੋਂ ਲਿਆਉਂਦੇ ਨੇ, ਫੈਕਟਰੀ ਨਾਭੇ ਹੈ, ਟਮਾਟਰ ਨਾਸਿਕ ਤੋਂ ਆਉਂਦੇ ਨੇ। ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨਾ ਹੈ, ਸਾਡੇ ਨਾਲ ਗੱਲ ਕਰੋ। ਕਹਿੰਦੇ ਜੀ ਉਹ ਵਰਾਇਟੀ ਪੰਜਾਬ 'ਚ ਪੈਦਾ ਨਹੀਂ ਕਰਦੇ। ਮੈਂ ਕਿਹਾ ਤੁਸੀਂ, ਮੈਂ PAU ਵਾਲੇ, ਖੇਤੀਬਾੜੀ ਯੂਨੀਵਰਸਿਟੀ ਵਾਲੇ ਬਿਠਾਏ ਸਾਇੰਟਿਸਟ, ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ। ਉਹ ਗੱਲ ਹੋ ਗਈ, ਹੁਣ 10,000 ਦਾ 10,000। ਆਹ ਨਾਭਾ, ਆ ਅਮਲੋਹ, ਭਾਦਸੋਂ, ਤੁਹਾਡਾ ਚੰਨੋ, ਸਮਾਣਾ ਤੁਹਾਡੇ ਵਾਲਾ ਏਰੀਆ, ਇੱਥੇ ਟਮਾਟਰ ਪੈਦਾ ਹੋਊਗਾ, ਨਾਲੇ ਝੋਨੇ ਤੋਂ ਖੜਾ ਛੁੱਟੂਗਾ, ਨਾਲੇ ਫਸਲ ਜਿਹੜੀ ਹੈ ਉਹ ਬੰਪਰ ਹੋਊਗੀ, ਪੈਸੇ ਮਿਲਣਗੇ ਪੱਕੇ, ਅਤੇ ਧਰਤੀ ਥੱਲੇ ਪਾਣੀ ਬਚੂਗਾ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਆਪਾਂ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹਦੇ ਵੀ ਪੂਰੇ ਉਤਰਾਂਗੇ ਥੋੜ੍ਹੇ ਬਹੁਤ। ਸੋ ਨਾਲੇ ਪੁੰਨ, ਨਾਲੇ ਫਲੀਆਂ। ਸੋ ਕੰਮ ਕਰਨਾ ਉਹ ਵੀ ਤਾਂ ਐਂ ਕਰਨਾ ਪਊਗਾ। ਇਹਨਾਂ ਨੇ ਕੀ ਸਮਝ ਲਿਆ ਸੀ, ਇਹ ਜਿੱਤ ਕੇ ਮਹਿਲਾਂ ਦੇ ਕੁੰਡੇ ਅੰਦਰੋਂ ਬੰਦ ਕਰ ਲੈਂਦੇ ਸੀ ਵੀ ਲੋਕ ਨਾ ਆ ਜਾਣ ਹੁਣ, ਕਿਤੇ ਪਬਲਿਕ ਨੇੜੇ ਨਹੀਂ ਲੱਗਣ ਦੇਣੀ। ਇਹਨਾਂ ਨੇ ਮਹਿਲਾਂ ਦੇ ਕੁੰਡੇ ਅੰਦਰੋਂ ਲਾ ਲਏ, 4.5 ਸਾਲ ਮੈਂ ਖੋਲ੍ਹ ਲੈਂਦੇ ਸੀ ਜੋ ਲੋਕਾਂ ਕੋਲ ਜਾਣਾ ਹੁੰਦਾ ਸੀ। ਐਤਕੀ ਕੀ ਹੋਇਆ, ਮਹਿਲਾਂ ਦੇ ਕੁੰਡੇ ਤਾਂ ਲਾ ਲਏ, ਜਦੋਂ 4.5 ਸਾਲ ਮੈਂ ਖੋਲ੍ਹਣ ਲੱਗੇ ਉਹ ਖੁੱਲ੍ਹੇ ਹੀ ਨਾ। ਬਥੇਰਾ ਐਂ ਕੀਤਾ, ਕਹਿੰਦੇ ਖੁੱਲ੍ਹਦਾ ਕਿਉਂ ਨਹੀਂ? ਉਹ ਕਹਿੰਦੇ ਜੀ ਲੋਕ ਬਾਹਰੋਂ ਲਾ ਗਏ, ਕਹਿੰਦੇ ਹੁਣ ਤੁਸੀਂ ਰਹੋ ਇੱਥੇ ਬਸ, ਉਹ ਬੈਠੇ ਨੇ ਉੱਥੇ ਬਸ। ਸੋ ਵੀਰੋ, ਇਹਨਾਂ ਨੇ ਜਿਹੜੇ ਪਹਾੜਾਂ 'ਚ ਮਹਿਲ ਪਾਏ ਹੋਏ ਨੇ, ਇਹਨਾਂ ਨੇ ਜਿਹੜੇ ਪਹਾੜਾਂ 'ਚ ਹੋਟਲ ਪਾਏ ਹੋਏ ਨੇ, ਉਹ ਲੋਕਾਂ ਦੇ ਖੂਨ ਨਾਲ ਨੇ ਬਾਈ ਜੀ। ਉਹ ਸਵਿਮਿੰਗ ਪੂਲ ਜਿਹੜੇ ਨਾ, ਹਰੇਕ ਕਮਰੇ ਦੇ ਪਿੱਛੇ ਪੂਲ ਹੈ ਸੁੱਖ ਵਿਲਾਸ 'ਚ, ਉਹ ਪੂਲ 'ਚ ਪਾਣੀ ਨਹੀਂ ਹੈਗਾ, ਲੋਕਾਂ ਦਾ ਖੂਨ ਹੈ, ਲੋਕਾਂ ਦਾ ਲੁੱਟਿਆ ਹੋਇਆ, ਲੋਕਾਂ ਦਾ ਚੂਸਿਆ ਹੋਇਆ ਖੂਨ ਹੈ। ਸੁੱਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫਰੀ ਹੈ, ਸੁੱਖ ਵਿਲਾਸ ਨੂੰ ਲਗਜ਼ਰੀ ਟੈਕਸ ਫਰੀ ਨੇ, ਸੁੱਖ ਵਿਲਾਸ ਨੂੰ GST ਅਤੇ ਸਟੇਟ ਦਾ GST, ਉਹਨੂੰ SGST ਕਹਿੰਦੇ ਨੇ, ਸਟੇਟ ਦੀ GST, ਉਹ ਸਾਰੀ ਮੁਫਤ ਹੈ, ਸਾਰਾ ਕੁਝ ਹੀ ਮੁਫਤ ਹੈ ਸੁੱਖ ਵਿਲਾਸ ਨੂੰ। ਮੇਰੇ ਹੱਥ 'ਚ ਕਾਗਜ਼ ਆ ਗਏ, ਆਹੀ ਮੈਂ ਭਾਲਦਾ ਹੁੰਦਾ। ਹੋਰ ਕਹਿੰਦਾ ਅੰਨਾ ਕੀ ਭਾਲੇ ਦੋ ਅੱਖਾਂ? ਮੈਂ ਕਿਹਾ ਲਿਆਓ ਕਾਗਜ਼ ਕਰਾਂ। ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ। ਆਮ ਤੌਰ 'ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾਂ ਨਾਲ, ਕੈਂਚੀ ਨਾਲ ਰੀਬਨ ਕੱਟ ਕੇ ਉਦਘਾਟਨ ਕਰਦੇ ਨੇ ਕਿਸੇ ਚੀਜ਼ ਦਾ। ਮੈਂ ਸੁੱਖ ਵਿਲਾਸ ਨੂੰ ਢਾਉਣ ਦਾ, ਢਾਉਂਦੇ ਤਾਂ ਨਹੀਂ ਹੈਗੇ, ਸੜਕ ਜੀ ਢਾਉਣੀ ਹੈ, ਸੁੱਖ ਵਿਲਾਸ ਵਾਲੀ ਸੜਕ ਤੋੜਨ ਦਾ JCB ਦਾ ਕਲੱਚ ਛੱਡ ਕੇ ਉਦਘਾਟਨ ਕਰੂੰਗਾ ਪੈਰ ਨਾਲ। ਔਰ ਸਕੂਲ ਉਹ ਢਾਉਂਦੇ ਨਹੀਂ ਹੈਗੇ ਆਪਾਂ, ਉਹਨੂੰ ਆਪਾਂ ਕਬਜ਼ੇ 'ਚ ਲੈ ਕੇ ਉਹਦੇ ਸਕੂਲ ਖੋਲ੍ਹ ਦਾਂਗੇ। ਪਹਾੜਾਂ 'ਚ ਸਕੂਲ ਹੈ, ਸਰਕਾਰੀ ਸਕੂਲ ਹੋਊਗਾ, ਪਹਿਲਾ ਸਕੂਲ ਹੋਊਗਾ, ਅਤੇ ਨਾਲੇ ਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ, ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ। ਇਹ ਫਿਰ ਆਪਾਂ ਕਰ ਦਾਂਗੇ ਉੱਥੇ, ਸਹੀ ਹੈ ਨਾ? ਤਾੜੀਆਂ ਮਾਰ ਕੇ ਦੱਸ ਦਿਓ, ਸਹੀ ਹੈ ਨਾ ਗੱਲ? ਢਾਈਏ ਕਿਉਂ ਆਪਾਂ? ਆਪਾਂ ਕਿਉਂ ਢਾਈਏ? ਆਪਾਂ ਆਪਦੇ ਵਾਸਤੇ ਵਰਤਾਂਗੇ ਇਹਨੂੰ। ਜਿੰਨੀਆਂ ਇਹਨਾਂ ਨੇ ਬਣਾਈਆਂ, ਤੁਹਾਡਾ ਪੈਸਾ ਲੁੱਟ ਲੁੱਟ ਕੇ, ਸਾਰੀਆਂ ਜਾਇਦਾਦਾਂ ਇਹਨਾਂ ਤੋਂ ਖੋਊਂਗਾ। ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬੜਾ ਕੰਮ ਖਰਾਬ ਹੋ ਗਿਆ, ਤਾਂ ਕਰੀਏ ਕੀ ਹੁਣ? ਨਾ ਮੰਨੇ ਕਿਸੇ ਦੀ। ਮੈਂ ਕਿਹਾ ਮੈਂ ਨਹੀਂ ਮੰਨਦਾ। ਉਹ ਮੈਨੂੰ ਕਹਿੰਦੇ SYL ਹਰਿਆਣੇ ਵਾਲੇ ਕਹਿੰਦੇ, ਮੈਂ ਕਿਹਾ ਸਾਡੇ ਕੋਲ ਹੈ ਹੀ ਨਹੀਂ ਪਾਣੀ। ਕਹਿੰਦੇ ਨਹੀਂ SYL, ਮੈਂ ਕਿਹਾ ਨਾ ਹੈ ਨਹੀਂ। ਉਹ ਖੱਟਰ ਸਾਹਿਬ ਬੈਠੇ ਹੁਣ ਤਾਂ ਚਲੋ ਸਾਬਕਾ ਹੋ ਗਏ, BJP 'ਚ ਇਹ ਵੀ ਨਹੀਂ ਪਤਾ ਲੱਗਦਾ ਨਾ ਕਦੋਂ ਸਾਬਕਾ ਕਰ ਦੇਣ। ਅਤੇ ਉਸ ਖੱਟਰ ਸਾਹਿਬ ਕਹਿੰਦੇ ਜੀ ਮੰਨ ਜੋ ਮਾਨ ਸਾਹਿਬ। ਮੈਂ ਨਾ, ਪਾਣੀ ਹੈ ਹੀ ਨਹੀਂ ਮੇਰੇ ਕੋਲ। ਉਹ ਮੇਰੀ ਜਿਹੜੀ
ਧਰਮ ਪਤਨੀ ਉਹ ਭੇਵੇ ਦੀ ਹੈ ਅਤੇ ਭੇਵੇ ਦਾ ਪਰਿਵਾਰ ਹੈ ਉਹ ਡਾਕਟਰ ਗੁਰਪ੍ਰੀਤ ਕੌਰ ਜੋ ਖੱਟਰ ਮੈਨੂੰ ਕਹਿੰਦਾ ਕਹਿੰਦਾ ਮਾਨ ਸਾਹਿਬ ਮਾਨ ਜਾਈਏ ਯੇ ਨਹਿਰ ਜੋ ਹੈ ਨਾ ਇਹ ਭੇਵਾ ਹੋ ਕੇ ਵੀ ਜਾਏਗੀ ਮੈਂ ਕਿਹਾ ਖੱਟਰ ਸਾਹਿਬ ਹਰਿਆਣੇ ਦੇ ਲੋਕ ਤਾਂ ਰੀਤੀ ਰਿਵਾਜ਼ਾਂ ਦੇ ਇੰਨੇ ਪੱਕੇ ਨੇ ਵੀ ਆਪਦੀ ਕੁੜੀ ਦੇ ਘਰ ਦਾ ਪਾਣੀ ਦਾ ਗਲਾਸ ਵੀ ਨਹੀਂ ਪੀਂਦੇ ਤੁਸੀਂ ਨਹਿਰ ਮੰਗੀ ਜਾਂਦੇ ਮੈਂ ਇੱਥੋਂ ਉਹ ਕਹਿੰਦਾ ਚੱਲ ਠੀਕ ਹੈ ਯਾਰ ਭਾਵੇਂ ਨਾ ਦੇਈ ਪਰ ਬਾਹਰ ਜਾ ਕੇ ਪ੍ਰੈਸ 'ਚ ਨਾ ਕਹਿ ਦੇਈਂ ਯਾਰ ਇਹ ਗੱਲ ਕਿਤੇ ਮੈਂ ਕਿਹਾ ਆ ਜਾ ਫਿਰ ਮੈਂ ਕਿਹਾ ਅਸੀਂ ਵੀ ਇਹੀ ਕੰਮ ਕੀਤਾ ਮੈਂ ਕਿਹੜਾ ਗੈਸ ਵੈਲਡਿੰਗ ਕਰਦਾ ਸੀ ਪੰਜਾਬ ਦੇ ਹੱਕਾਂ ਵਾਸਤੇ ਕਦੇ ਕੋਈ ਸਮਝੌਤਾ ਨਹੀਂ ਪੰਜਾਬ ਦੇ ਵਪਾਰੀਆਂ ਨੂੰ ਬਹੁਤ ਈਜ਼ੀ ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲਣਗੇ ਆਪਣਾ ਯੂਨਿਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਇਹ ਹੈ ਜਿੰਨੀ ਫੈਕਟਰੀ ਵੱਡੀ ਹੋਊ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਹੋਰ ਮੈਂ ਕੀ ਚਾਹੁੰਦਾ ਜੀ ਮੇਰੇ ਧੀਆਂ ਪੁੱਤਰ ਨੂੰ ਪੰਜਾਬ ਦੇ ਧੀਆਂ ਪੁੱਤਰ ਨੌਕਰੀ ਇੱਥੇ ਮਿਲ ਜੇ ਅਸੀਂ ਕੀ ਲੈਣਾ ਕੈਨੇਡੇ ਤੋਂ ਯਾਰ ਕਿਉਂ ਜਾਈਏ ਅਸੀਂ ਕੈਨੇਡੇ ਅਮਰੀਕੇ ਇੱਥੇ ਹੀ ਸਾਡਾ ਕੈਨੇਡਾ ਅਮਰੀਕਾ ਸਾਡਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ਹੀਦਾਂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਅਸੀਂ ਕਿਉਂ ਛੱਡ ਕੇ ਜਾਈਏ ਇੱਥੋਂ ਸੋ ਇਹ ਮੇਰਾ ਕੰਮ ਹੈ ਕਿ ਉਹਨਾਂ ਨੂੰ ਫੈਕਟਰੀਆਂ ਨੂੰ ਜ਼ਿਆਦਾ ਪਰਮਿਸ਼ਨਾਂ ਦੇਊਂਗਾ ਬਿਜਲੀ ਸਸਤੀ ਹੋ ਜੂਗੀ ਹੋਰ ਵੱਡੇ ਆਉਣਗੇ ਆਹ ਰਾਜਪੁਰਾ ਤੱਕ ਤਾਂ ਸਾਰਾ ਦੇਖੋ ਤੁਸੀਂ ਭਰ ਜਾਣਾ ਹੁਣ ਤੱਕ 70,000 ਕਰੋੜ ਦਾ ਇਨਵੈਸਟਮੈਂਟ ਆ ਗਈ 2,98,000 ਮੁੰਡੇ ਕੁੜੀਆਂ ਨੂੰ ਕੰਮ ਮਿਲ ਗਿਆ ਹੁਣ ਅੱਗੇ ਹੋਰ ਆਉਣਾ ਆਹ ਇਲੈਕਸ਼ਨਾਂ ਤੋਂ ਬਾਅਦ ਆਹ 13-0 ਕਰ ਦਿਓ ਵਪਾਰੀ ਨੂੰ ਇਹ ਪਤਾ ਲੱਗ ਜਾਂਦਾ ਭਾਈ ਸਰਕਾਰ ਪੱਕੇ ਪੈ ਰਹੀ ਹੈ ਜੇ ਖੜਨਗੇ ਤਾਂ ਖੜਨਗੇ ਕਿਤੇ ਐਂ ਨਹੀਂ ਹੈਗਾ ਵੀ ਰਾਹ 'ਚੋਂ ਕੋਈ ਸਰਕਾਰ ਟੁੱਟ ਜੂ ਜਾਂ ਕੋਈ ਹੋਰ 13-0 ਕਰ ਦਿਓ ਇਹਨਾਂ ਤੋਂ ਜਿਹੜਾ ਪੈਸਾ ਜਿਹੜਾ ਲੈ ਕੇ ਆਉਣਾ ਮੈਂ ਇੰਡਸਟਰੀ ਦਾ ਐਨ ਐਚ ਐਮ ਦਾ ਆਰ ਡੀ ਐਫ ਦਾ ਮੈਂ ਸਾਰੇ ਪੈਸੇ ਲੈ ਕੇ ਆਊਂਗਾ